देखो सब तो वड्डी गल ये है कि देश दे विच इक इमानदारी इमानदार पार्टी होनी बहुत जरूरी है देश नूं अगे वधाउण वास्ते राजनीति दा इमानदार होना बहुत जरूरी है। सो अज इस विषय उत्ते चर्चा हुई है कि बड़े इमानदारी नाल कट्टड़ इमानदारी दे नाल जिहड़ा सी इक इक वर्कर ने असी सारे पहला वर्कर आ उस तों बाद एम एल ए आ फिर साडी पोजिशन आउंदी है। सो हर बंदे ने बड़ी इमानदारी दे नाल शिद्दत दे नाल लोकां बारे सोच के जिहड़ा काम करना है जिहड़ा झंडा अंदोलन दा चक्किया सी भ्रिष्टाचार दे खिलाफ उस दे नाल जिहड़ी अज साडी नैशनल पार्टी बन गई है उहदे उत्ते बड़ी माण की गल है तो खुशी की गल है कि 10 साल की पार्टी अज नैशनल पार्टी है तो देश भर के जोड़ा संगठन है इनू होर मजबूती जो अगे लैके आना है वो जी सारी नीति की गल की बड़ी इमानदारी के लोगों मिलो लोगों जाओ तो असी जी पार्टी है देश भ्रिष्टाचार खत्म करने लिए जोड़ा देश है किस तरीके जो नुकसान किया करप्ट पार्टियां ने उन्होंने किस तरीके साफ करके देश में असी बचा इस उत्ते अनमोल जी कल तुसी मीटिंग ले जा रहे हो कल और परसों चेन्नई और बंगलुरु ਦੇ ਨਾਲ ਮੀਟਿੰਗ ਔਰ ਕੀ ਇਨਵੈਸਟਮੈਂਟ ਦਾ ਮੋਟਿਵ ਰੱਖਿਆ ਗਿਆ ਦੇਖੋ ਕੰਪਨੀਆਂ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਚੇਨਈ ਦੀਆਂ ਬੁਲਾਈਆਂ ਹੋਈਆਂ ਬਹੁਤ ਸਾਰੀਆਂ ਕੰਪਨੀਆਂ ਹైదరాబాద్ ਤੋਂ ਬੁਲਾਈਆਂ ਨੇ ਅੱਗੇ ਮੋਟਿਵ ਇਹ ਹੈ ਜੀ ਕਿ ਅਸੀਂ ਇਨਵੈਸਟ ਸਮਿਟ 2023 ਕਰਵਾ ਰਹੇ ਫਰਵਰੀ ਦੇ ਵਿੱਚ ਪੰਜਾਬ 'ਚ ਤੇ ਉਹਦੇ ਲਈ ਜਿਹੜਾ ਅਸੀਂ ਹਰ ਇਨਵੈਸਟਰ ਨੂੰ ਅੰਬੈਸਡਰਸ ਨਾਲ ਵੀ ਪਹਿਲਾਂ ਅਸੀਂ ਮੀਟਿੰਗ ਕੀਤੀ ਹੈ ਬੰਗਲੌਰ 'ਚ ਦਿੱਲੀ 'ਚ ਕਰਕੇ ਆਏ ਹਾਂ ਕਿ ਆਓ ਪੰਜਾਬ 'ਚ ਆਓ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਮਿਲਣਾ ਤੇ ਸਾਡੇ ਪੰਜਾਬ ਦਾ ਬੜਾ ਬ੍ਰਾਈਟ ਫਿਊਚਰ ਹੈ ਬਿਊਟੀਫੁਲ ਸਟੇਟ ਆ ਬਹੁਤ ਸੋਹਣਾ ਕਲਚਰ ਹੈ ਬਹੁਤ ਵਧੀਆ ਲੋਕ ਨੇ ਸਿਸਟਮ ਸਾਰਾ ਬੜੇ ਵਧੀਆ ਤਰੀਕੇ ਨਾਲ ਇਮਾਨਦਾਰੀ ਨਾਲ ਕੰਮ ਕਰ ਰਿਹਾ ਕੋਈ ਦਿੱਕਤ ਨਹੀਂ ਆਊਗੀ ਪੂਰੇ ਇਨਵੈਸਟਰਸ ਨੂੰ ਦੇਸ਼ 'ਚੋਂ ਵਿਦੇਸ਼ 'ਚੋਂ ਸਭੀ ਸਾਰਿਆਂ ਨੂੰ ਮੈਂ ਖੁੱਲ੍ਹਾ ਸੱਦਾ ਮਾਨ ਸਾਹਿਬ ਵੱਲੋਂ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੇ ਦਿਨ ਰਾਤ ਲੱਗੇ ਹੋਏ ਨੇ ਅੱਜ ਤੱਕ 70 ਸਾਲਾਂ ਦੇ ਵਿੱਚ ਇੰਨੀਆਂ ਇੰਡਸਟਰੀ ਨਾਲ ਮੀਟਿੰਗਾਂ ਨਹੀਂ ਕੀਤੀਆਂ ਗਈਆਂ ਜਿੰਨਾ ਭਗਵੰਤ ਮਾਨ ਜੀ ਨੇ ਪਿਛਲੇ 7 ਮਹੀਨਿਆਂ ਦੇ ਵਿੱਚ ਮੀਟਿੰਗਾਂ ਇੰਡਸਟਰੀ ਦੇ ਨਾਲ ਕੀਤੀਆਂ ਤਾਂ ਕਿ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ ਪੰਜਾਬ ਪੈਰਾਂ ਸਿਰ ਖੜਾ ਹੋ ਸਕੇ ਪੰਜਾਬ ਦੀ ਇਕਨੋਮੀ ਹੈ ਜਿਹੜੀ ਉੱਪਰ ਜਾ ਸਕੇ ਅਤੇ ਉਹਨਾਂ ਦੀ ਨੇਤਰਤਵ ਵਿੱਚ ਅਸੀਂ ਫਖਰ ਮਹਿਸੂਸ ਕਰਦੇ ਹਾਂ ਕਿ ਇੱਕ ਇਮਾਨਦਾਰ ਜਿਹੜੇ ਮੁੱਖ ਮੰਤਰੀ ਆ ਪੰਜਾਬ ਨੂੰ ਮਿਲਿਆ ਮੈਂ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਬੜਾ ਕੁਛ ਹੈ ਜਿਹੜਾ ਜਦੋਂ ਇੱਕ ਇਮਾਨਦਾਰ ਪਾਰਟੀ ਨੇ ਆਉਣਾ ਬੜਾ ਕੁਛ ਵਿਰੋਧੀ ਅਨਸਰ ਬੜਾ ਕੁਛ ਕਰਨਗੇ ਬੜੇ ਉਹਨਾਂ ਨੇ ਰਣਨੀਤੀਆਂ ਕਰਨੀਆਂ ਤੁਸੀਂ ਸਿਰ 'ਤੇ ਹੱਥ ਰੱਖਣਾ ਆਪਣੀ ਸਪੋਰਟ ਰੱਖਣੀ ਹੈ ਹਿੰਮਤ ਸਰਕਾਰ ਦੀ ਬਣਾਉਣੀ ਉਹ ਲੋਕਾਂ ਨੇ ਬਣਾਉਣੀ ਹੈ ਅਸੀਂ ਇਮਾਨਦਾਰੀ ਨਾਲ ਲੱਗੇ ਹਾਂ ਅਤੇ 5 ਸਾਲ ਇੱਕ ਇੱਕ ਦਿਨ ਤਾਂ ਪੰਜਾਬ ਨੂੰ ਉੱਪਰ ਲੈ ਕੇ ਜਾਣ ਲਈ ਕੰਮ ਕਰਨਾ ਵਿਸ਼ਵਾਸ ਬਣਾਈ ਰੱਖਿਓ ਤੁਹਾਡਾ ਵਿਸ਼ਵਾਸ ਨਹੀਂ ਤੋੜਦੇ 5 ਸਾਲਾਂ ਬਾਅਦ ਕੰਮ ਕਰਕੇ ਤੁਹਾਡੇ ਵੋਟ ਦੇ ਹੱਕਦਾਰ ਹੋਣਾ।